ਸਰਪੰਚ ਬਣਨ ਦੀ ਖੁਸ਼ੀ ਦੇ ਵਿੱਚ ਪਰਿਵਾਰ ਪੂਰਾ ਪਾ ਰਿਹਾ ਸੀ ਭੰਗੜੇ, ਤਾਂ ਸ਼ਰੀਕਾਂ ਨੂੰ ਇਹ ਖੁਸ਼ੀ ਕਿਤੇ ਨਾ ਕਿਤੇ ਹਜ਼ਮ ਨਾ ਹੋਈ, ਜਿਸ ਤੋਂ ਬਾਅਦ ਸ਼ਰੀਕਾਂ ਨੇ ਘਰ ਦੇ ਵਿੱਚ ਵੜ ਕੇ ਸ਼ਰੇਆਮ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਅਤੇ ਨਵੀਂ ਬਣੀ ਸਰਪੰਚ ਦੇ ਮੁੰਡੇ ਦਾ ਗੁੱਟ ਹੀ ਵੜ ਦਿੱਤਾ। ਜਿਆਂ ਦੱਸ ਦਈਏ ਕਿ ਮਾਮਲਾ ਗੁਰਦਾਸਪੁਰ ਦੇ ਪਿੰਡ ਸੇਖਵਾਂ ਤੋਂ ਸਾਹਮਣੇ ਆਇਆ, ਜਿੱਥੇ ਕਿ ਨਵ ਨਿਯੁਕਤ ਸਰਪੰਚ ਸੁਖਦੀਪ ਕੌਰ ਜਦੋਂ ਆਪਣੇ ਪਰਿਵਾਰ ਸਮੇਤ ਖੁਸ਼ੀ ਦਾ ਜਸ਼ਨ ਮਨਾ ਰਹੇ ਸੀ, ਦੱਸਿਆ ਜਾ ਰਿਹਾ ਕਿ ਬਿਨਾਂ ਮੁਕਾਬਲੇ ਉਹ ਜਿੱਤੇ ਨੇ ਅਤੇ ਪੂਰਾ ਪਿੰਡ ਜਦੋਂ ਜਸ਼ਨ ਮਨਾ ਰਿਹਾ ਸੀ ਤਾਂ ਸ਼ਰੀਕਾਂ ਨੂੰ ਕਿਤੇ ਨਾ ਕਿਤੇ ਉਹਨਾਂ ਦੀ ਖੁਸ਼ੀ ਬਰਦਾਸ਼ਤ ਨਹੀਂ ਹੋਈ ਅਤੇ ਉਹਨਾਂ ਦੇ ਵਿੱਚੋਂ ਇੱਕ ਨੌਜਵਾਨ ਉੱਠਦਾ ਹੈ, ਤਲਵਾਰ ਲੈ ਕੇ ਸਿੱਧਾ ਘਰ ਦੇ ਵਿੱਚ ਵੜਦਾ ਅਤੇ ਜੋ ਨਵੀਂ ਬਣੀ ਸਰਪੰਚ ਸੁਖਦੀਪ ਕੌਰ ਹੁੰਦੀ ਹੈ ਉਸਦੇ ਮੁੰਡੇ ਦਾ ਚੜੋ ਗੁੱਟ ਹੀ ਵੜ ਦਿੰਦਾ। ਜੀ ਹਾਂ, ਦੱਸ ਦਈਏ ਕਿ ਜਿਸ ਤੋਂ ਬਾਅਦ ਉਸਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਕਿ ਉਸਦੀ ਨਾਜੁਕ ਹਾਲਤ ਨੂੰ ਦੇਖਦੇ ਹੋਏ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਤਾਂ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ, ਜਿੱਥੇ ਕਿ ਸਰਪੰਚ ਬਣਨ ਦੀ ਖੁਸ਼ੀ ਦੇ ਵਿੱਚ ਪੂਰਾ ਪਰਿਵਾਰ ਜਸ਼ਨ ਮਨਾ ਰਿਹਾ ਸੀ ਤਾਂ ਉਦੋਂ ਇਹ ਖੁਸ਼ੀ ਸ਼ਰੀਕਾਂ ਨੂੰ ਕਿਤੇ ਨਾ ਕਿਤੇ ਬਰਦਾਸ਼ਤ ਨਾ ਹੋਈ ਤਾਂ ਉਹਨਾਂ ਨੇ ਘਰ ਦੇ ਵਿੱਚ ਵੜ ਕੇ ਹਮਲਾ ਕਰ ਦਿੱਤਾ। ਹਮਲੇ ਦੇ ਵਿੱਚ ਦੱਸਿਆ ਜਾ ਰਿਹਾ ਕਿ ਜੋ ਸਰਪੰਚ ਬਣੀ ਸੀ ਉਸਦੇ ਮੁੰਡੇ ਦਾ ਗੁੱਟ ਹੀ ਵੱਢਿਆ ਗਿਆ, ਜਿਸ ਤੋਂ ਬਾਅਦ ਹੁਣ ਇਸਦੀ ਸੂਚਨਾ ਪੁਲਿਸ ਨੂੰ ਵੀ ਦਿੱਤੀ ਗਈ ਹੈ। ਪੁਲਿਸ ਮੌਕੇ ਦੇ ਉੱਤੇ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਕਿਤੇ ਨਾ ਕਿਤੇ ਦੱਸ ਦਈਏ ਕਿ ਸਰਪੰਚੀ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਇੱਕ ਤੋਂ ਬਾਅਦ ਇੱਕ ਵਿਵਾਦ ਅਤੇ ਤਕਰਾਰਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਇਸ ਤੋਂ ਪਹਿਲਾਂ ਗੁਰਦਾਸਪੁਰ ਤੋਂ ਹੀ ਇਹ ਮਾਮਲਾ ਸਾਹਮਣੇ ਆਇਆ ਸੀ ਕਿ ਜਿੱਥੇ ਚੋਣ ਨਿਸ਼ਾਨ ਨੂੰ ਲੈ ਕੇ ਦੋ ਧਿਰਾਂ ਆਪਸ ਦੇ ਵਿੱਚ ਭਿੜੀਆਂ ਨੇ, ਰਾਹ ਦੇ ਵਿੱਚ ਰੋਕ ਕੇ ਇੱਕ ਦੂਜੇ ਦੀਆਂ ਗੱਡੀਆਂ ਤੱਕ ਭੰਨ ਦਿੱਤੀਆਂ ਨੇ। ਇਹ ਲੜਾਈ ਝਗੜੇ ਦੇ ਕੇਸ ਨਾਲ ਆਇਆ, ਜਿਹਦਾ ਹੱਥ ਪੂਰਾ ਕੱਟਿਆ ਗਿਆ ਵਾ ਅਤੇ ਫਸਟ ਏਡ ਦੇ ਦਿੱਤੀ ਹੈ, ਉਹਨੂੰ ਰੈਫਰ ਕਰ ਲਏ ਗੁਰੂ ਨਾਨਕ ਹੋਸਪਿਟਲ। ਸੀਰੀਅਸ ਹੀ ਆ ਕੰਡੀਸ਼ਨ, ਤਾਂ ਹੱਥ ਪੂਰਾ ਕੱਟਿਆ ਗਿਆ ਜੀ, ਸਰਜਰੀ ਇਹਦੀ ਹੋਣੀ ਆ, ਸਰਜਰੀ ਹੋ ਗਈ, ਉਸ ਤੋਂ ਬਾਅਦ ਜੋ ਵੀ ਪੁਲਿਸ ਕਾਰਵਾਈ ਹੋ ਗਈ। ਅੰਮ੍ਰਿਤਸਰ ਗੁਰੂ ਨਾਨਕ ਹੋਸਪਿਟਲ ਰੈਫਰ ਕਰਤਾ ਅਤੇ ਫਿਰ ਹਕਰਾਂ ਹੁਕਰਾਂ ਮਾਰਦੇ ਆ ਅਤੇ ਉਹ ਸਾਡੇ ਗਲ ਪਏ, ਫਿਰ ਤਾਂ ਉਹਨੇ ਮੇਰੇ ਬੇਟੇ ਦੀ ਬਾਂਹ ਵੜਤੀ ਹੈ ਇੱਥੋਂ, ਹਾਂਜੀ ਗੁੱਟ ਵੜਤਾ, ਹਾਂਜੀ ਦਾਖਲ ਅੱਜ ਡਏ, ਹਾਂਜੀ ਪੱਟੀ ਪੁੱਟੀ ਕਰਨਾ। ਜਵਾਬ ਦੇਤਾ ਜੀ, ਕਹਿੰਦੇ ਗੁਰੂ ਨਾਨਕ ਉਹ ਆਉਂਦੇ ਗੁਰੂ ਨਾਨਕ ਹਸਪਤਾਲ ਲੈ ਜਾਓ, ਅਮਨ ਜ਼ਿਆਦਾ ਗੁੱਟ ਵੱਢਿਆ ਗਿਆ ਉਹਦਾ, ਤੇ ਗੁੱਟ ਸਾਰਾ ਲੱਥ ਗਿਆ, ਉਹਨਾਂ ਦੇ ਸਾਡੇ ਡੈਡੀ ਦੇ ਵੀ ਲੱਗੀ ਆ, ਉਹਨਾਂ ਕਿਰਪਾਨ ਮਾਰੀ ਆ, ਉਹਨਾਂ ਦੇ ਮਾਮੇ ਦਾ ਮੁੰਡਾ ਵਾ ਉਹਨੇ ਮਾਰੀ ਆ, ਅੱਗੇ ਵੀ ਉਹਦੇ ਤੇ ਪਰਚੇ ਪਰਚੇ ਆ। ਸਰਪੰਚ ਬਣਨ ਦੀ ਖੁਸ਼ੀ ਦੇ ਵਿੱਚ ਪਰਿਵਾਰ ਪੂਰਾ ਪਾ ਰਿਹਾ ਸੀ ਭੰਗੜੇ, ਤਾਂ ਸ਼ਰੀਕਾਂ ਨੂੰ ਇਹ ਖੁਸ਼ੀ ਕਿਤੇ ਨਾ ਕਿਤੇ ਹਜ਼ਮ ਨਾ ਹੋਈ, ਜਿਸ ਤੋਂ ਬਾਅਦ ਸ਼ਰੀਕਾਂ ਨੇ ਘਰ ਦੇ ਵਿੱਚ ਵੜ ਕੇ ਸ਼ਰੇਆਮ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਅਤੇ ਨਵੀਂ ਬਣੀ ਸਰਪੰਚ ਦੇ ਮੁੰਡੇ ਦਾ ਗੁੱਟ ਹੀ ਵੜ ਦਿੱਤਾ। ਜਿਆਂ ਦੱਸ ਦਈਏ ਕਿ ਮਾਮਲਾ ਗੁਰਦਾਸਪੁਰ ਦੇ ਪਿੰਡ ਸੇਖਵਾਂ ਤੋਂ ਸਾਹਮਣੇ ਆਇਆ, ਜਿੱਥੇ ਕਿ ਨਵ ਨਿਯੁਕਤ ਸਰਪੰਚ ਸੁਖਦੀਪ ਕੌਰ ਜਦੋਂ ਆਪਣੇ ਪਰਿਵਾਰ ਸਮੇਤ ਖੁਸ਼ੀ ਦਾ ਜਸ਼ਨ ਮਨਾ ਰਹੇ ਸੀ, ਦੱਸਿਆ ਜਾ ਰਿਹਾ ਕਿ ਬਿਨਾਂ ਮੁਕਾਬਲੇ ਉਹ ਜਿੱਤੇ ਨੇ ਅਤੇ ਪੂਰਾ ਪਿੰਡ ਜਦੋਂ ਜਸ਼ਨ ਮਨਾ ਰਿਹਾ ਸੀ ਤਾਂ ਸ਼ਰੀਕਾਂ ਨੂੰ ਕਿਤੇ ਨਾ ਕਿਤੇ ਉਹਨਾਂ ਦੀ ਖੁਸ਼ੀ ਬਰਦਾਸ਼ਤ ਨਹੀਂ ਹੋਈ ਅਤੇ ਉਹਨਾਂ ਦੇ ਵਿੱਚੋਂ ਇੱਕ ਨੌਜਵਾਨ ਉੱਠਦਾ ਹੈ, ਤਲਵਾਰ ਲੈ ਕੇ ਸਿੱਧਾ ਘਰ ਦੇ ਵਿੱਚ ਵੜਦਾ ਹੈ ਅਤੇ ਜੋ ਨਵੀਂ ਬਣੀ ਸਰਪੰਚ ਸੁਖਦੀਪ ਕੌਰ ਹੁੰਦੀ ਹੈ ਉਸਦੇ ਮੁੰਡੇ ਦਾ ਚੜੋ ਗੁੱਟ ਹੀ ਵੜ ਦਿੰਦਾ ਹੈ। ਜੀ ਹਾਂ, ਦੱਸ ਦਈਏ ਕਿ ਜਿਸ ਤੋਂ ਬਾਅਦ ਉਸਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਕਿ ਉਸਦੀ ਨਾਜੁਕ ਹਾਲਤ ਨੂੰ ਦੇਖਦੇ ਹੋਏ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਤਾਂ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ, ਜਿੱਥੇ ਕਿ ਸਰਪੰਚ ਬਣਨ ਦੀ ਖੁਸ਼ੀ ਦੇ ਵਿੱਚ ਪੂਰਾ ਪਰਿਵਾਰ ਜਸ਼ਨ ਮਨਾ ਰਿਹਾ ਸੀ ਤਾਂ ਉਦੋਂ ਇਹ ਖੁਸ਼ੀ ਸ਼ਰੀਕਾਂ ਨੂੰ ਕਿਤੇ ਨਾ ਕਿਤੇ ਬਰਦਾਸ਼ਤ ਨਾ ਹੋਈ ਤਾਂ ਉਹਨਾਂ ਨੇ ਘਰ ਦੇ ਵਿੱਚ ਵੜ ਕੇ
ਹਮਲਾ ਕਰ ਦਿੱਤਾ। ਹਮਲੇ ਦੇ ਵਿੱਚ ਦੱਸਿਆ ਜਾ ਰਿਹਾ ਕਿ ਜੋ ਸਰਪੰਚ ਬਣੀ ਸੀ ਉਸਦੇ ਮੁੰਡੇ ਦਾ ਗੁੱਟ ਹੀ ਵੱਢਿਆ ਗਿਆ, ਜਿਸ ਤੋਂ ਬਾਅਦ ਹੁਣ ਇਸਦੀ ਸੂਚਨਾ ਪੁਲਿਸ ਨੂੰ ਵੀ ਦਿੱਤੀ ਗਈ ਹੈ। ਪੁਲਿਸ ਮੌਕੇ ਦੇ ਉੱਤੇ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਕਿਤੇ ਨਾ ਕਿਤੇ ਦੱਸ ਦਈਏ ਕਿ ਸਰਪੰਚੀ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਇੱਕ ਤੋਂ ਬਾਅਦ ਇੱਕ ਵਿਵਾਦ ਅਤੇ ਤਕਰਾਰਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਇਸ ਤੋਂ ਪਹਿਲਾਂ ਗੁਰਦਾਸਪੁਰ ਤੋਂ ਹੀ ਇਹ ਮਾਮਲਾ ਸਾਹਮਣੇ ਆਇਆ ਸੀ ਕਿ ਜਿੱਥੇ ਚੋਣ ਨਿਸ਼ਾਨ ਨੂੰ ਲੈ ਕੇ ਦੋ ਧਿਰਾਂ ਆਪਸ ਦੇ ਵਿੱਚ ਭਿੜੀਆਂ ਨੇ, ਰਾਹ ਦੇ ਵਿੱਚ ਰੋਕ ਕੇ ਇੱਕ ਦੂਜੇ ਦੀਆਂ ਗੱਡੀਆਂ ਤੱਕ ਭੰਨ ਦਿੱਤੀਆਂ ਨੇ। ਇਹ ਲੜਾਈ ਝਗੜੇ ਦੇ ਕੇਸ ਨਾਲ ਆਇਆ, ਜਿਹਦਾ ਹੱਥ ਪੂਰਾ ਕੱਟਿਆ ਗਿਆ ਵਾ ਤੇ ਫਸਟ ਏਡ ਦੇ ਦਿੱਤੀ ਹੈ, ਉਹਨੂੰ ਰੈਫਰ ਕਰ ਲਗੇ ਗੁਰੂ ਨਾਨਕ ਹਸਪਤਾਲ। ਸੀਰੀਅਸ ਮਾਮਲਾ ਆ, ਸੀਰੀਅਸ ਹੀ ਆ, ਕੰਡੀਸ਼ਨ ਤਾਂ ਹੱਥ ਪੂਰਾ ਕੱਟਿਆ ਗਿਆ ਜੀ, ਸਰਜਰੀ ਇਹਦੀ ਹੋਣੀ ਆ, ਸਰਜਰੀ ਹੋ ਗਈ, ਉਸ ਤੋਂ ਬਾਅਦ ਜੋ ਵੀ ਪੁਲਿਸ ਕਾਰਵਾਈ ਹੋ ਗਈ। ਅੰਮ੍ਰਿਤਸਰ ਗੁਰੂ ਨਾਨਕ ਹਸਪਤਾਲ ਰੈਫਰ ਕਰਤਾ ਤੇ ਫਿਰ ਹੱਕਰਾਂ ਹੁਕਰਾਂ ਮਾਰਦੇ ਆ ਤੇ ਸਾਡੇ ਗਲ ਪਏ, ਫਿਰ ਤੇ ਉਹਨੇ ਮੇਰੇ ਬੇਟੇ ਦੀ ਬਾਂਹ ਵੜਤੀ ਆ ਇੱਥੋਂ, ਹਾਂਜੀ ਗੁੱਟ ਵੜਤਾ, ਹਾਂਜੀ ਦਾਖਲ ਅਜੇ ਡਏ, ਹਾਂਜੀ ਪੱਟੀ ਪੁੱਟੀ ਕਰਨਾ। ਜਵਾਬ ਦਿੱਤਾ ਜੀ ਕਹਿੰਦੇ ਗੁਰੂ ਨਾਨਕ, ਉਹ ਆਂਦੇ ਗੁਰੂ ਨਾਨਕ ਹਸਪਤਾਲ ਲੈ ਜਾਓ ਜੀ, ਅਮਨ ਵੇਖੋ ਜੀ ਜਿੱਥੇ ਵੀ ਹਾਂਜੀ ਜ਼ਿਆਦਾ ਗੁੱਟ ਵੱਢਿਆ ਗਿਆ, ਉਹਦਾ ਤੇ ਗੁੱਟ ਸਾਰਾ ਲੱਥ ਗਿਆ, ਉਹਨਾਂ ਦੇ ਲੱਗੀ ਸੜ ਗਈ, ਨਾ ਉਹਨਾਂ ਦੇ ਸਾਡੇ ਡੈਡੀ ਦੇ ਵੀ ਲੱਗੀ ਆ, ਉਹਨਾਂ ਕਿਰਪਾਨ ਮਾਰੇ ਆ, ਉਹਨਾਂ ਦੇ ਮਾਮੇ ਦਾ ਮੁੰਡਾ ਵਾ ਉਹਨੇ ਮਾਰੇ ਆ, ਅੱਗੇ ਵੀ ਉਹਦੇ ਤੇ ਪਰਚੇ ਪਰਚੇ ਆ।